ਯਾ ਤੇਰੇ ਬਿਨਾ ਛੱਡੋ ਵੀਰੇ ਸ਼ਾਮਾ ਪੈ ਗਈਆਂ ਠੀਕ ਹੈ ਟਰਿਕ ਵੇਖੋ ਥੱਲੇ ਵੀਡੀਓ ਵੀ ਮੈਂ ਦੱਸੜੀ ਠੀਕ ਹੈ ਇਹ ਵੀਡੀਓ ਬਣਾਈ ਹੈ ਕਿ ਤੁਹਾਨੂੰ ਚੋਕੇ ਨਾ ਕਰਾਂ ਕਿ ਪਹਿਲੀ ਵੀਡੀਓ ਵੇਖੋ ਪੂਰਾ ਥੱਲੇ ਮੁਕੰਮਲ ਤਰੀਕਾ ਕੋਈ ਵੀਰ ਕਮੈਂਟ ਕੀਤਾ ਕਿ ਪਹਿਲੇ ਮੈਂ ਪੋਸਟ ਕਰਦਾ ਕਮੈਂਟ ਆ ਗਿਆ ਕੋਈ ਐਸੀ ਟਰਿਕ ਦੱਸ ਰਿਪੋਰਟ ਤੋਂ ਬਿਨਾ ਉਹ ਟਰਿਕ ਤਾਂ ਮੈਂ ਦੱਸਣਾ ਮੇਰਾ ਭਾਈ ਟ੍ਰਿਕ ਉਹ ਹੈ ਕਿ ਤੂੰ ਨਾ ਯਾਰ ਤੂੰ ਇੰਜ ਕਰਨਾ ਹੈ ਕਿ ਫੀਡਬੈਕ ਵਾਲੇ ਮੋਟ੍ਰਿਕ ਦੱਸੀ ਉਹ ਟ੍ਰਿਕ ਲਾ ਉਹ ਰਿਪੋਰਟ ਤੋਂ ਬਿਨਾ ਜਾਂਦਾ ਬਾਕਰ ਵਰਕਿੰਗ ਹੋ ਜਣੀ ਹੈ ਨਾ ਭਾਈ ਉਹ ਆਸਤਾ ਸਾ ਰੋਸ ਕਰਦਾ ਰਹਾ ਸਭ ਨੂੰ ਕੁਝ ਦਿਨਾਂ ਬਾਅਦ ਉਹ ਜਾ ਕੇ ਵਰਕਿੰਗ ਹੋਣੀ ਆ ਉਹ ਕਿਵੇਂ ਕਰਨਾ ਸਭ ਤੋਂ ਪਹਿਲਾਂ ਟਿਕਟੋਕ ਓਪਨ ਕਰ ਓਪਨ ਕਰਕੇ ਫਿਰ ਤੂੰ ਮੀਂਹ ਤੇ ਜਾ ਮੀਂਹ ਤੇ ਜਾਣੇ ਬਾਅਦ ਫਿਰ ਟਿੰਨ ਡੋਟ ਤੇ ਕਲਿੱਕ ਕਰ ਟਿੰਨ ਡੋਟ ਕਲਿੱਕ ਕਰਨੇ ਤੋਂ ਬਾਅਦ ਥੱਲੇ ਆਉਣਾ ਰਿਪੋਰਟ ਹੈ ਪ੍ਰੋਬਲਮ ਫਿਰ ਫੀਡ ਸ਼ੇਅਰ ਸਰਚ ਤੂੰ ਫਿਰ ਫਿਡ ਸ਼ੇਅਰ ਸਰਚ ਤੇ ਕਲਿੱਕ ਕਰਨਾ ਫਿਰ ਓਕਾਰ ਕੇ ਫਿਰ ਫੀਡ ਲਿਖੇ ਹੋਣਾ ਨਿਹਰਾ ਫੀਡ ਤੇ ਕਲਿੱਕ ਕਰ ਫਿਰ ਥੱਲੇ ਨਿਕਲ ਨੋ ਫੀਡ ਆਉਣ ਦਾ ਵੀਡੀਓ ਉਸ ਤੇ ਕਲਿੱਕ ਕਰ ਫਿਰ ਅਗਰ ਨੋ ਫੀਡ ਠੀਕ ਹੈ ਨੋ ਫੀਡ ਨਿਕਲ ਉਹਦੇ ਨੋ ਕਰ ਜਾਣਾ ਫਿਰ ਬੈਕ ਫਿਰ ਨੋ ਫਿਰ ਬੈਕ ਫਿਰ 10 15 ਵਾਰ ਇਸ ਤਰ੍ਹਾਂ ਕਰ ਫਿਰ ਵੀਡੀਓ ਅਪਲੋਡ ਕਰ ਉਫਰੀ ਦਿਵੇਂ ਹੁੰਦਾ ਨਾ ਮਤਲਬ 10 15 ਮਿੰਟ ਬਾਅਦ ਦੂਸਰੇ ਅਕਾਊਂਟ ਤੇ ਆਟੋਮੈਟਿਕ ਸ਼ੋਅ ਦੇ ਪਹਿਲਾ ਲਾਈਕ ਹੀ ਫਾਰ ਯੂ ਹੋ ਜਾਂਦਾ ਉਹ ਇਸ ਤਰ੍ਹਾਂ ਰਵੇ ਤਾਂ ਮੈਂ ਕਿ ਡੇਲੀ ਇਸ ਤਰ੍ਹਾਂ ਹੀ ਕਰਦਾ ਰਹੀ ਇਨਸ਼ਾਅੱਲਾ ਤੇਰੀ ਵੀਡੀਓ ਫਾਰ ਯੂ ਜਾਂਦੇ ਰਵੇਗੀ ਠੀਕ ਹੈ ਬਾਕੀ ਨਾ ਇੱਕ ਹੋਰ ਤਨ ਗੱਲ ਦੱਸਾਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਨਹੀਂ ਬਿਲਕੁਲ ਸੋਖੀ ਟ੍ਰਿਕ ਹੋਰ ਤੇ ਦੱਸਣਾ ਥੱਲੇ ਮੈਂ ਅਪਲੋਡ ਕਰਾਂ ਵੀਡੀਓ ਠੀਕ ਹੈ ਹੈਸ਼ਟੈਗ ਤੋਂ ਬਿਨਾ ਵੀਡੀਓ ਅਪਲੋਡ ਕਰੋ ਤੇ ਵੀਡੀਓ ਫਾਰ ਯੂ ਤੇ ਬੇਸ਼ੱਕ ਕਿਸੇ ਨਾਲ ਚੈਨਲ ਲਾ ਲਓ ਠੀਕ ਹੈ ਤੇ ਬਾਕੀ ਕੋਲ ਟ੍ਰਿਕ ਤੇ ਮੈਂ ਕੀ ਦੱਸੂਆਂ ਠੀਕੀ ਦੱਸੂਗਾ ਕਿ ਆਹ ਉਹ ਟ੍ਰਿਕ ਤੇ ਟ੍ਰਿਕ ਲਾਣੇ ਨਾਲ account ਦਾ ਕੀ ਹਾਲ ਹੁੰਦਾ ਭਾਈ ਵੈਸੇ ਜਿਹੜੀ ਸੀ ਰਿਪੋਰਟਾ ਮਾਰ ਕੇ ਵੀਡੀਓ ਵਾਇਰਲ ਕਰਨੇ ਨਾ ਉਸ ਦਿਨ ਯਾਰ ਇੱਕ ਨੁਕਸਾਨ ਹੈ ਕਿ account ਫ੍ਰੀਜ਼ ਹੋ ਜਾਂਦਾ ਰਿਪੋਰਟ ਮਾਰ ਲਈ ਵੀਡੀਓ ਫਾਰ ਯੂ ਜਾਣੀ ਮਿਲ ਕੋ ਨਹੀਂ ਜਾਣੇ ਬਾਕੀ ਯਾਰ ਕੀ ਕਰੀਏ ਆ ਇੱਕ ਟ੍ਰੈਂਡ ਹੀ ਇਹ ਜਾ ਰਿਹਾ ਤਾਂ ਕਰਕੇ ਮੈਂ ਰਿਪੋਰਟਾ ਮਾਰੀ ਜਾਓ ਵੀਡੀਓ ਫਾਰ ਯੂ ਚਲਾਈ ਜਾਓ ਐ ਹੀ ਹਾਲ ਹੋਇਆ ਤਾਂ ਕਰਕੇ ਨਾ ਯਾਰ ਰਿਪੋਰਟਾ ਮਾਰੀ ਤੇ ਵੀਡੀਓ ਫਾਰ ਯੂ ਬਾਕੀ ਇੱਕ ਹੋਰ ਤੁਹਾਨੂੰ ਗੱਲ ਦੱਸੂਆ ਆ ਬਾਕੀ ਨਾ ਤੁਸੀਂ ਯਾਰ ਇੱਕ ਨਾ ਕਰੋ ਐਹੀਂ ਦੀ ਟਿਕਟੋਕ ਢੂੰਡੋ ਜਿਹੜੀ ਪਲੇ ਸਟੋਰ ਦਾ ਅਪਡੇਟ ਨਾ ਹੋਇਆ ਕੋਈ ਪੁਰਾਣਾ ਮੋਬਾਈਲ ਹੁੰਦਾ ਘਰ ਦਾ ਉਸ ਨੂੰ ਅਪਲੋਡ ਉਸ ਵੀਡੀਓ ਅਪਲੋਡ ਕਰੋ ਫਿਰ ਕਿਸੇ ਹੋਰ ਦੇ ਰਿਪੋਰਟ ਉਹ ਅੱਛੀ ਵਰਕਿੰਗ ਕਰਦੀ ਐ ਸੇ ਗੱਲ ਇੱਕ ਹੋਰ ਮਕਾਲ ਵੀਡੀਓ ਲੈ ਕੇ ਦੋ ਅਗਲੇ ਹਫਤੇ ਆਮਦਾ ਅਗਲੇ ਸੰਡੇ ਅਪਲੋਡ ਕਰਾਂ ਦਾ ਮਤਲਬ ਉਹ ਕਰਨੀ ਹੈ ਕਿ VPN ਦੇ ਬਾਰੇ VPN ਦਾ ਲੋਕੇਸ਼ਨ ਕਿਵੇਂ ਲਾਇਦੀ ਹੈ ਕਿਵੇਂ ਲਾਕ ਵੀਡੀਓ ਅਪਲੋਡ ਕਰੇ ਉਹ ਵੀ ਵੀਡੀਓ ਨਹੀਂ ਦੇਖਣੀ ਭੁੱਲਣਾ ਠੀਕ ਹੈ ਤਾਂ ਚੈਨਲ ਸਬਸਕ੍ਰਾਈਬ ਕਰ ਤਾਂ ਕਿ ਤੇਰੇ ਉਹ ਕੰਟੀ ਵੀ ਦਬਾ ਸੜੀ ਤਾਂ ਕਿ ਮੁੰਮੀ ਮੈਂ ਵੀਡੀਓ ਅਪਲੋਡ ਕਰਾਂ ਤੇ ਤੇਨੂੰ ਨਾ ਹੁਣ ਪਤਾ ਚੱਲ ਜਾਵੇ ਠੀਕ ਹੈ ਚੰਗਾ ਜੀ ਮਿਲਣਾ ਫਿਰ ਅਗਲੀ ਵਾਰੀ ਜਾਨਾ ਹੁਣ ਲੱਗ ਗਿਆ ਤੇ ਮੇਰਾ ਮੁੰਡਾ ਵੀਡੀਓ ਆਫ ਕਰ ਦੇਣਾ ਟਾਈਮ ਹੀ ਹੋ ਗਿਆ ਚੰਗਾ ਜੀ ਮਿਲਣਾ ਅਗਲੀ ਵਾਰੀ ਸਬਸਕ੍ਰਾਈਬ ਲਾਜ਼ਮੀ ਕਰੀ ਲਵ ਯੂ